ਸਟਮਟ ਯਾ ਗੋ ਹੈਡ ਜਸਟ ਕਰਨ ਬੋਲੋ ਕੀ ਕੀ ਸਵਾਲ ਹੈ ਆਪਣਾ ਸਵਾਲ ਮੇਰਾ ਭਾਜੀ ਇਹ ਹੀ ਹੈ ਬਸ ਕੈਨੇਡਾ ਦਾ ਪ੍ਰੋਸੀਜਰ ਕੀ ਹੈ ਮੈਂ ਐਕਚੁਅਲੀ ਗਲਫ ਇਚ জব ਕਰ ਰਿਹਾ ਜੀ ਫਿਲਹਾਲ ਤੇ ਕੈਨੇਡਾ ਦਾ ਪ੍ਰੋਸੀਜਰ ਕੀ ਹੈ ਸਮਝਾ ਨਹੀਂ ਮਤਲਬ ਇਹ ਸਵਾਲ ਤੇ ਬਹੁਤ ਲੰਬੀ ਮਹਾਵਾਰਤ ਸ਼ੁਰੂ ਹੋ ਜਾਏਗੀ ਸਰ ਜੀ ਬਹੁਤ ਲੰਬਾ ਸਵਾਲ ਹੈ ਤੇ ਕੈਨੇਡਾ ਦਾ ਪ੍ਰੋਸੀਜਰ ਕੀ ਹੈ ਕੋਈ ਸਪੈਸਿਫਿਕ ਕੁਐਸਚਨ ਕੋਈ ਪੁੱਛਣਾ ਹੈ ਪੁੱਛੋ ਕੁਐਸਚਨ ਬਦਲ ਕੇ ਪੋਸੀਬਲ ਹੈ ਸਪਸਸ ਵੀ ਚਲੇਗਾ ਬੰਦਾ ਵਰਕ ਵੀਜ਼ਾ ਮਿਲ ਸਕਦਾ ਥੇ ਕੈਨੇਡਾ

ਸੋ ਇਹ ਕੋਈ ਤਰੀਕਾ ਹੈ ਤੁਹਾਡੇ ਲਈ ਕਿ ਤੁਸੀਂ ਕੋਈ ਜੌਬ ਆਫਰ ਫਾਈਂਡ ਕਰੋ ਕੋਈ ਕੈਨੇਡਾ ਕੰਪਨੀ ਦਾ ਤੁਹਾਨੂੰ ਕੋਈ ਜੌਬ ਆਫਰ ਦੇ ਤੁਸੀਂ ਵਰਕ ਪਰਮਿਟ ਤੇ ਆ ਸਕਦੇ ਹੋ ਹੋਰ ਕੋਈ ਤਰੀਕਾ ਨਹੀਂ ਹੈ ਹੋਰ ਕੋਈ ਤਰੀਕਾ ਨਹੀਂ ਸੋ ਕਿੱਦਾਂ ਹੀ ਸੀ ਰਹੇਗਾ ਫਿਰ you have to find a job sir ji ya koi kithe tusi okay i am find a job but can i help you how to the find सर जी आई हैव नो आइडिया आई आई डोंट आई डोंट एंगेज इन जॉब सर्च मेरे को जॉब सर्च ਦਾ ਕੋਈ ਐਕਸਪੀਰੀਅੰਸ ਨਹੀਂ ਹੈ ਨਾ ਮੇਰੇ ਕੋਲ ਲਾਇਸੈਂਸ ਹੈ এমਪਲੋਇਮੈਂਟ ਏਜੰਸੀ ਦਾ ਜਿਹਦੇ ਥਰੂ ਮੈਂ ਕਿਸੇ ਨੂੰ ਜੌਬ ਆਫਰ ਲਈ ਕੁਝ ਹੈਲਪ ਕਰ ਸਕਾਂ ਅ ਇਰ ਯੂ ਫਾਈਂਡ ਡਾਇਰੈਕਟਲੀ ਔਨ ਇੰਟਰਨੈਟ ਤੁਹਾਨੂੰ ਕੋਈ ਕੰਪਨੀ ਵਾਲਾ ਜੌਬ ਮਿਲਦੀ ਹੈ ਤੁਸੀਂ ਆਪਣੀ ਕੁਆਲਿਫਿਕੇਸ਼ਨ ਰੈਜ਼ਿਊਮੇ ਬਣਾ ਕੇ ਉਹਨਾਂ ਨੂੰ ਦਿਓ ਹੋ ਸਕਦਾ ਹੈ ਕਿ ਤੁਹਾਨੂੰ ਪਸੰਦ ਕਰ ਲੈਣਗੇ ਹੋ ਸਕਦਾ ਹੈ ਆਦਰਵਾਇਜ਼ ਦੇ ਲੈਟ ਯੂ نو

अपने फ्यूचर लाइफली थोड़ा जा अपने आप न्यू थोड़ा जा, जा, जा स्टेबलाइज करो सही राइट राइट या ओके ओके नो रहा थैंक यू वेरी मच टेक केयर ओके थैंक यू थैंक यू सर गुड बाय